ਸੁਣੀ ਤਾਂ ਚੱਲ ਯਾਰ ਗੱਲ, ਹੁਣ ਸਾਹ ਨਹੀਂ ਲੈਂਦੇ ਲੰਬਾ। ਉਹ ਯਾਰ ਇਹੋ ਜਿਹੇ ਸਵਾਲ ਨਾ ਕਰ ਮੇਰੇ ਨਾਲ। ਚੱਲ ਕਨੇਡਾ ਵਾਲੀ ਕੁੜੀ ਨੇ ਤੈਨੂੰ ਅਪਰੋਚ ਕਰ ਲਿਆ, ਛੱਡ ਦਿੰਦਾ ਤੂੰ ਰੁਕ ਜਾਏਗਾ। ਮਾਨ ਸਾਹਿਬ ਸਿਕੰਦਰ ਤੋਂ ਨਰਿੰਦਰ ਤੱਕ ਜੀ, ਸਿਕੰਦਰ ਤੋਂ ਲੈ ਕੇ ਨਰਿੰਦਰ ਤੱਕ ਜੂਝਦਾ ਨਾ, ਅੱਜ ਵੀ ਜੂਝਣ ਦੀ ਲੋੜ ਤੁਸੀਂ ਮਹਿਸੂਸ ਕੀਤੀ ਆ ਅੱਜ ਦੇ ਸਮੇਂ ਦੇ ਵਿੱਚ? ਭਾਈ ਸਿਕੰਦਰ ਓਏ ਗ੍ਰੀਸ ਤੋਂ ਤੁਰਿਆ ਹੈ ਕਿ ਮਕਦੂਨੀਆ ਤੋਂ ਤੁਰਿਆ? ਚਲੋ ਜੀ, ਆਖਰ ਪੰਜਾਬ ਆ ਕੇ ਮੁੜਿਆ ਜੀ। ਮੇਰੀ ਗੱਲ ਸੁਣ, ਪਹਿਲਾਂ ਤੇਰਾ ਸਵਾਲ ਆ ਜਾਵਾਂਗਾ ਕਿ ਤੇਰੇ ਤੋਂ? ਮਨਸਾ ਮੈਂ ਵੀ ਸਿਆਸਤ ਦੇ ਵਿੱਚ ਕਲਾਕਾਰ ਵੀ ਆਉਂਦੇ ਹੈਗੇ। ਅੱਛੀ ਗੱਲ ਹੈ, ਕੋਈ ਮਾੜੀ ਗੱਲ ਨਹੀਂ। ਕਲਾਕਾਰ ਕਰ ਸਕਦਾ ਸਿਆਸਤ? ਦੇਖੋ ਆਪਣਾ ਆਪਣਾ ਨਜ਼ਰ ਹੀ ਆਉਂਦਾ। ਹੁਣ ਤੁਸੀਂ ਸਬਜ਼ੀ ਖਾਣ ਦੇ ਸ਼ੌਕੀਨ ਹੋ ਕਿ ਮੁਰਗੇ ਦੇ? ਤੁਸੀਂ ਕਾਹਦੇ ਸ਼ੌਕੀਨ ਹੋ? ਸਬਜ਼ੀ। ਇਹ ਤੁਹਾਡਾ ਮਨ ਹੈ ਨਾ, ਉਹ ਤੁਹਾਡੇ ਪਿੱਛੇ ਵਾਲਾ ਸ਼ਾਇਦ ਉਹ ਚਿਕਨ ਖਾਂਦਾ ਹੋਵੇ। ਇੱਦਾਂ ਸਿਆਸਤ ਵੀ ਕਿਸੇ ਆਰਟਿਸਟ ਨੂੰ ਅੱਛੀ ਲੱਗਦੀ, ਜਾਣਾ ਚਾਹੀਦਾ ਜੀ, ਕੋਈ ਮਾੜੀ ਚੀਜ਼ ਨਹੀਂ, ਬਸ਼ਰਤੇ ਕਿ ਉਹ ਚੰਗੇ ਕੰਮ ਕਰੇ। ਜੇ ਕੋਈ ਆਪਣੇ ਲੋਕਾਂ ਲਈ ਸਿਆਸਤ ਜਾ ਕੇ ਚੰਗਾ ਕਰ ਸਕਦਾ ਉਹਨੂੰ ਕਰ ਲੈਣਾ ਚਾਹੀਦਾ। ਜੇ ਕੋਈ ਸਮਾਜ ਸੇਵਾ ਕਰਨੀ ਚਾਹੁੰਦਾ ਸਾਡੇ ਵਾਂਗੂ ਤਾਂ ਉਹ ਇੱਦਾਂ ਕਰ ਲੈ। ਪਰਮਾਨ ਸਾਹਿਬ ਲੱਗਦਾ ਨਹੀਂ ਚਿੱਕੜ 'ਚ ਵੜ ਕੇ ਚਿੱਕੜ ਨੂੰ ਸਾਫ਼? ਉਹ ਯਾਰ ਇਹੋ ਜਿਹੇ ਸਵਾਲ ਨਾ ਕਰ ਮੇਰੇ ਨਾਲ। ਤੈਨੂੰ ਮੈਂ ਪਹਿਲਾਂ ਕਿਹਾ ਕਿ ਕਰਤਾਰ ਦੀ ਬੁਲੰਦੀ ਨਹੀਂ ਛੱਡਣੀ, ਤੂੰ ਫਿਰ ਉੱਥੇ ਆ ਗਿਆ ਯਾਰ। ਪਹਿਲਾਂ ਵਾਲੇ ਗਰੀਲਾ ਵਾਰਾਂ ਤੋਂ ਲੈ ਕੇ ਜਿਹੜੀ ਮੈਂ ਗੱਲ ਕੀਤੀ ਹੈ ਕਿ ਹਾਂ ਪੜ੍ਹੀ ਹੈ ਨੇ, ਹਮੇਸ਼ਾ ਲੜਦਾ ਰਿਹਾ ਇਹ ਮੁੰਡਾ, ਪੜ੍ਹ ਕੇ ਆਉਂਦਾ। ਔਰ ਜੀ ਅੱਜ ਕਿਸ ਤਰ੍ਹਾਂ ਦੇ ਨਾਲ ਲੜਨ ਦੀ ਲੋੜ ਹੈ? ਕਿਉਂਕਿ ਦਿਮਾਗ ਬਦਲ ਗਿਆ। ਦਿਮਾਗ ਨਾਲ ਲੜਨ ਦੀ ਲੋੜ ਹੈ। ਇਹ ਕੋਈ ਮੇਰੀ ਥੋੜ੍ਹੀ ਲੜਾਈ ਹੈ ਯਾਰ। ਰੋਟੀ ਤੁਸੀਂ ਵੀ ਖਾਈ ਜਾਂਦਾ, ਮੈਂ ਵੀ ਖਾਈ ਜਾਂਦਾ, ਜਾਣੀ ਇੱਕ ਬੰਦਾ ਚਾਰ ਨਾ ਖਾ ਲੂ, ਦੂਜਾ ਸਬਜ਼ੀ ਨਾ ਖਾ ਲੂ, ਤੀਜਾ ਮੱਖਣ ਨਾ ਖਾ ਲੂ, ਨਹੀਂ ਆਪਣੀ ਲੋੜ ਆ। ਆਪਾਂ ਸਮਾਜ ਲਈ ਕਿੰਨੇ ਜਾਗਰੂਕ ਆ, ਬਸ ਇਹ ਰੂਪ ਦੇ ਵਿੱਚ ਜਵਾਨੀ ਦੇ ਕੋਲੇ ਜਾਂ ਜਿਹੜੇ ਅੱਜ ਦੇ ਵਕਤ ਸਾਡੇ ਕੋਲੇ ਸਾਧਨ ਨੇ, ਕਿਸ ਤਰ੍ਹਾਂ ਦੇ ਨਾਲ ਯੂਟੀਲਾਈਜ਼ ਕਰਕੇ ਜਿਹੜਾ ਉਹ ਤਸਵੀਰ ਹੈ ਪੰਜਾਬ ਦੀ, ਇੱਕ ਸੋਹਣੇ ਪੰਜਾਬ ਦੀ, ਜਿਹੜਾ ਏਜੰਡਾ ਪੰਜਾਬ ਚੱਲ ਰਿਹਾ, ਉਹਨੂੰ ਸਿਰਜਣ ਦੀ ਲੋੜ ਹੈ ਜੀ। ਹਾਂਜੀ, ਸਿਰਜਣ ਤਾਂ ਹੀ ਤਾਂ ਤੁਹਾਨੂੰ ਦਿੱਤੀ ਆ। ਆਹ ਤਾਂ ਤੁਸੀਂ ਪੜ੍ਹਦੇ ਨਹੀਂ, ਮੇਰੇ ਮੂਹਰੇ ਮੈਕ ਲਾ ਲਏ ਯਾਰ, ਬੰਦਾ ਘੇਰ ਲਿਆ ਤੁਸੀਂ ਕਈ ਜਣਿਆਂ ਨੇ। ਸਵਾਲ ਲਾਸਟ ਰਹੂਗਾ, ਤੁਸੀਂ ਇੱਕ ਵਾਰੀ ਇਹ ਗੱਲ 'ਤੇ ਚਰਚਾ ਵੀ ਕੀਤੀ ਸੀ ਕਿ ਜਿਹੜਾ ਸਾਡਾ ਨੌਜਵਾਨ ਆ ਉਹ ਬਾਹਰ ਵੱਲ ਰੁੱਖ ਕਰ ਰਿਹਾ, ਤੁਸੀਂ ਕਿਹਾ ਸੀ ਕਿਉਂ ਨਾ ਜਾਵੇ? ਇੱਕ ਪਰਿਵਾਰ 'ਚ ਇੱਕ ਬੰਦਾ ਕਿਉਂ ਨਾ ਜਾਵੇ ਬਈ? ਬਿਲਕੁਲ, ਤੇਰਾ ਵਿਆਹ ਹੋ ਗਿਆ? ਨਹੀਂ, ਮੇਰਾ ਹਲੇ ਹੋਣਾ। ਹਾਂਜੀ, ਚੱਲ ਕਨੇਡਾ ਵਾਲੀ ਕੁੜੀ ਨੇ ਤੈਨੂੰ ਅਪਰੋਚ ਕਰ ਲਿਆ, ਛੱਡ ਦਿੰਦਾ ਤੂੰ ਰੁਕ ਜਾਏਗਾ? ਬਿਲਕੁਲ, ਮੈਂ ਤੈਂ ਕਹਿਣਾ ਆ, ਤੈਂ ਕਹਿਣਾ ਵੀ ਮੈਂ ਤੂੰ ਹੋਰ ਕੰਮ ਲਾ ਲਈ, ਆਹ ਲਾ ਦੀ ਬਿੱਲਾ ਦੂਜਾ ਪਾ ਲਈ। ਮੈਂ ਉਸੇ ਸਵਾਲ ਦੇਊਂਗਾ, ਇੱਕ ਮੁੰਡੇ ਨੇ ਸੱਤ ਮਿਹਨਤ ਕਰਕੇ। ਮੇਰੀ ਛੋਟੇ ਵੀਰ ਗੱਲ ਸੁਣੋ, ਤੁਹਾਨੂੰ ਤੁਸੀਂ ਕਿੱਥੇ ਜਾਣਾ ਕਿੱਥੇ ਰਹਿਣਾ ਇਹ ਤੁਹਾਡਾ ਹੱਕ ਹੈ। ਬਿਲਕੁਲ, ਤੁਸੀਂ ਵਿਦੇਸ਼ ਜਾਣਾ ਤੁਹਾਡਾ ਹੱਕ ਹੈ, ਪਰ ਜੇ ਤੁਸੀਂ ਵਿਦੇਸ਼ ਵੀ ਜਾਓਗੇ ਤੁਸੀਂ ਆਪਣਾ ਪਿੰਡ ਛੱਡ ਦੋਗੇ? ਨਹੀਂ ਛੱਡੋਗੇ ਨਾ? ਸੁਣੀ ਤਾਂ ਚੱਲ ਯਾਰ ਗੱਲ, ਹੁਣ ਸਾਹ ਨਹੀਂ ਲੈਂਦੇ ਲੰਬਾ, ਐਂ ਕਰ ਓਮ ਬਿਲੋਮ। ਤੁਸੀਂ ਬਾਹਰ ਚਲੇ ਗਏ, ਉਹ ਤਾਂ ਮੈਂ ਫਨੀ ਗੱਲਾਂ ਤਾਂ ਕਰਦਾ ਕਿਉਂਕਿ ਤੁਸੀਂ ਤਲਖੀ 'ਚ ਰਹਿੰਦੇ ਹੋ, ਬੜੇ ਗੁੱਸੇ 'ਚ ਸਵਾਲ ਪੁੱਛਦੇ ਹੋ, ਸਾਹਮਣੇ ਵਾਲਾ ਵੀ ਤਲਖ ਹੋ ਜਾਂਦਾ। ਮੈਂ ਤੁਹਾਨੂੰ ਲਾਈਟ ਕਰਦਾ, ਮੰਨ ਲਓ ਤੁਸੀਂ ਬਾਹਰ ਚਲੇ ਗਏ, ਮੈਂ ਮੰਨਦਾ ਬਣਾ, ਪਿੱਛੇ ਤੁਹਾਡੇ ਮੰਮੀ ਡੈਡੀ ਰਹਿ ਗਏ, ਬਜ਼ੁਰਗ ਰਹਿ ਗਏ, ਹੁਣ ਬਾਹਰ ਜਾ ਕੇ ਤੁਹਾਡੀ ਫੈਮਿਲੀ ਹੋ ਗਈ, ਤੁਹਾਡੇ ਬੱਚੇ ਬੜੇ ਹੋ ਗਏ, ਤੁਹਾਡੀ ਫੈਮਿਲੀ ਸੈਟਲ ਹੋ ਗਈ, ਅੱਛਾ ਬਿਜ਼ਨਸ ਹੋ ਗਿਆ, ਤੁਸੀਂ 4 ਮਹੀਨੇ ਪਿੰਡ ਵੀ ਤਾਂ ਲਾ ਸਕਦੇ ਹੋ, ਤੁਹਾਡੇ ਤੁਸੀਂ ਪੈਸੇ ਵੀ ਬਾਹਰੋਂ ਲਿਆਏ ਘਰ ਨੂੰ ਆਪਦੇ ਨੂੰ, ਤੁਹਾਡਾ ਘਰ ਵੀ ਪੱਕਾ ਬਣ ਗਿਆ। ਦੁਆਬੇ ਦੀਆਂ ਕੋਠੀਆਂ ਦਾ ਫਰਕ ਨਹੀਂ ਸਾਡੇ ਪਿੰਡਾਂ ਨੂੰ? ਬਿਲਕੁਲ, ਸਾਡੇ ਪਿੰਡ ਤਾਂ ਨਹੀਂ ਬਾਜ਼ਾਰ ਉੱਪਰ ਲੱਗੇ ਹੋਏ ਆ, ਉਹ ਜਹਾਜ਼ ਲੱਗਿਆ ਨਹੀਂ ਸਾਡੇ ਪਿੰਡਾਂ 'ਚ, ਤਾਂ ਉੱਧਰ ਲੱਗੇ ਹੋਏ ਆ। ਜੇ ਪੈਸਾ ਤਾਂ ਲੱਗਦਾ ਨਾ, ਸੁਣ ਲੈ ਗੱਲ ਮੇਰੀ, ਜਦੋਂ ਤੁਸੀਂ ਮਚਿਓਰ ਅਵਸਥਾ ਚਲੇ ਗਏ, ਤੁਹਾਡੀ ਫੈਮਿਲੀ ਵੈਲ ਸੈਟਲ ਹੋ ਗਈ, ਫਿਰ ਤੁਸੀਂ 8 ਮਹੀਨੇ ਵੀ ਆਪਣੇ ਪਿੰਡ ਰਹੋਗੇ। ਵੈਸੇ ਵੀ ਜੇ ਤੁਸੀਂ ਫੌਜ 'ਚ ਜੋਬ ਕਰਦੇ ਹੋ ਤਾਂ ਵੀ ਤੁਸੀਂ ਕਿਸੇ ਹੋਰ ਪ੍ਰਦੇਸ਼ 'ਚ ਰਹਿੰਦੇ ਹੋ ਨਾ, ਤਾਂ ਇਸ ਕਰਕੇ ਇੱਦਾਂ ਨਹੀਂ ਕਦੇ ਸੋਚਣਾ, ਤੁਸੀਂ ਧਰਤੀ ਨੂੰ ਇੱਕ ਕਿਉਂ ਨਹੀਂ ਸੋਚਦੇ? ਤੁਸੀਂ ਇਹ ਕਿਉਂ ਨਹੀਂ ਸੋਚਦੇ ਵੀ ਪੂਰੀ ਦੁਨੀਆ ਖੁੱਲ੍ਹ ਜੇ, ਹੱਦਾਂ ਸਰਹੱਦਾਂ ਖੁੱਲ੍ਹ ਜਾਣ? ਤੁਸੀਂ ਜਦੋਂ ਆਪਣਾ 6 ਮਹੀਨੇ ਕਿਸੇ ਮੁਲਕ 'ਚ ਬਾਹਰ ਕੰਮ ਕਰਕੇ 2 ਮਹੀਨੇ ਟਰੈਵਲ ਹੀ ਕਰੋ, ਸਿੱਧਾ ਪਿੰਡ ਨੂੰ ਬਾਈ ਰੋਡ ਹੀ ਆਓ। ਆਪਾਂ ਹੁਣ ਉੱਦਾਂ ਸੋਚੀਏ ਵੱਡੇ ਨਾਲ, ਤੁਹਾਡਾ ਸਵਾਲ ਬਹੁਤ ਸੋਹਣਾ, ਪਰ ਕੋਈ ਮੁੜਿਆ ਨਹੀਂ ਨਾ ਗੱਲ, ਸਵਾਲ ਤਾਂ ਹੁੰਦਾ ਕੋਈ ਕੈਨੇਡਾ ਤੋਂ ਜਾ ਕੇ ਕੋਈ ਮੁੜਿਆ ਨਹੀਂ ਹੈਗਾ ਵਾਪਸ? ਉਹ ਤਾਂ ਨਹੀਂ ਮੁੜਦਾ, ਇੱਕ ਤਾਂ ਪੱਤਰਕਾਰ ਸਵਾਲ ਇੰਨੇ ਕਰਦੇ, ਅਗਲੇ ਡਰਦੇ ਨਹੀਂ ਆਉਂਦੇ। ਜਿਹੜਾ ਸੰਘਰਸ਼ ਨਹੀਂ ਆਉਂਦੇ ਹੈ, ਸਾਜ਼ਗਾਰ ਮਾਹੌਲ ਹੋਵੇ। ਜਿਹੜੇ ਵਿਦੇਸ਼ਾਂ 'ਚ ਸਾਡੇ ਭਰਾ ਵੱਸਦੇ ਆ, ਉੱਥੋਂ ਪੈਸਾ ਭੇਜਦੇ ਆ, ਸਾਡੀ ਜਿਹੜਾ ਸੂਬੇ ਨੂੰ ਅਮੀਰ ਬਣਾਉਂਦੇ ਆ, ਉਹਨਾਂ ਲਈ ਵੀ ਤਾਂ ਕੁਝ ਸੁਵਿਧਾਵਾਂ ਹੋਣੀਆਂ ਚਾਹੀਦੀਆਂ। ਉਹਨਾਂ ਦੀ ਸਿਕਿਉਰਿਟੀ ਦਾ ਪ੍ਰਬੰਧ ਹੋਵੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਪ੍ਰੋਤਸਾਹਿਤ ਕਰੀਏ। ਜੇ ਇੱਕ NRI ਭਰਾ ਆਪਣੇ ਪੂਰੇ ਪਿੰਡ ਨੂੰ ਖੂਬਸੂਰਤ ਬਣਾਉਣ ਦੀ ਜ਼ਿੰਮੇਵਾਰੀ ਲੈਂਦੀ ਹੈ, ਸਟੇਟ ਉਹਦੇ ਲਈ ਕੋਈ ਸਪੈਸ਼ਲ ਅਵਾਰਡ ਤਿਆਰ ਕਰੇ, 12,000 ਆਪਣੇ ਕਿੰਨੇ ਪਿੰਡ ਆ ਟੋਟਲ? 400 ਸਮਥਿੰਗ। ਇਹ 12,000 ਬੰਦਾ ਚਾਹੀਦਾ ਸਮਝ ਲਓ ਆਪਾਂ ਨੂੰ, 12,000 ਪੰਜਾਬੀ ਵੀ ਨਹੀਂ ਆਪਣੇ ਕੋਲ, ਅਤੇ ਜੇ ਹਰ ਬੰਦਾ ਇੱਕ ਪਿੰਡ ਸਾਂਭ ਲਏ, 12,000 ਪਿੰਡਾਂ ਨੂੰ ਸ਼ਹਿਰਾਂ ਵਰਗੇ ਬਣਾ ਦੇਣਗੇ, ਪਰ ਉਹਨਾਂ ਨੂੰ ਉਸ ਤਰ੍ਹਾਂ ਦਾ ਰਿਗਾਰਡ ਤਾਂ ਮਿਲੇ ਨਾ। ਇਹੀ ਚੀਜ਼ਾਂ ਤਾਂ ਸਾਜ਼ਗਾਰ ਮਾਹੌਲ ਬਣਾਉਣ ਲਈ ਆਪਾਂ ਤੁਰੇ ਫਿਰਦੇ ਹਾਂ। ਕਿਸਾਨ ਸੰਘਰਸ਼ ਹੋਇਆ ਜੀ ਲਗਾਤਾਰ ਦਿੱਲੀ ਦੀਆਂ ਬੁਰਾਂ 'ਤੇ, NRI ਵੀਰਾਂ ਦਾ ਉੱਥੇ ਵੀ ਬੜਾ ਸਹਿਯੋਗ ਰਿਹਾ, ਔਰ ਉਹਨਾਂ ਨੇ ਵੀ ਦੁੱਗਣੀਆਂ ਤਿੱਗਣੀਆਂ ਖੁਸ਼ੀਆਂ ਮਨਾਈਆਂ ਔਰ ਉੱਧਰ ਰੈਲੀਆਂ ਵੀ ਕੀਤੀਆਂ। ਇਸ ਜਿਹੜਾ ਤੁਹਾਡਾ ਮਿਸ਼ਨ ਆ, ਇਹਦੇ ਵਿੱਚ ਕੀ ਭੂਮਿਕਾ ਹੋਏਗੀ ਉਹਨਾਂ ਦੀ, ਕਿਸਾਨਾਂ ਦੀ?
अज भी साढ़े बड़े नेड़े दे आए हुए हैं बाहरों, उन्होंने पता अजे तो आपां ने एक जिदा आप एक महक खिलार दें एक फुलों का बूटा ला के ये अजे साढ़े क गमला आप ने अंदर रखे हुआ है, हूँ इनू आप घर के मूहरे रखा फिर सारा मोहल्ला महक लूगा। ये कोई तेरी मेरी कल थोड़ी सोच है या मेरी थोड़ी लड़ाई है? मेरे वालों आखिरी सवाल है जी कि सिंघू बार्डर की जी मैं मैनू यार माड़ा जा कोई चाह पानी तो लिया दो यार पानी पी तो जी उ मिट्टी जी उ चढ़ चरणा की धूड़ आई है किसानों के पैरों के नाल जी उ जाना भी गई शहादत हुई ने उतों की सीख के आने की लड़ है और की समझना चाहिए उस अंदोलन तो की सुखना सीखना चाहिए नौजवान पीढ़ी नौजवान पीढ़ी को यह सीखना चाहिए कि अपने लिए तो आप जीने आप अपने पिंड भी जीए अपनी स्टेट भी जीए और जोड़े पत्रकार थोड़े चो भी लोड़ तो ज़्यादा नैगेटिविटी तुम भी वो हकदार मैं मैं लगता अपनी जिम्मेवारी चको समाजिक मीडिया से क्लिकां लैन लई आपदा अपनी वो खबर बना के ड्रामा क्रिएट करना ये भी थोनू छड्डना पऊगा। उहदे लई भी जिहड़ी हुण असीं वैबसाइट बनाऊंगे इहदे लई भी एक ठोस नीति लिखी है, नैट लई भी होनी चाहिए है जिदा दुबई च है, दुबई च है स्टेट सरकार साढ़े लोगों के हितों नू मद्देनज़र रखती उस तरह की नीति बनावे ता कि जिहड़ा साइबर क्राइम उहनू नत्थ पाई जाए। मेरे तो मैं तो नाल यार उन्होंने मैं जानी पर्दे पिछे वाला मैं मूहरे होने का शकीन नहीं, मैं कल भी उत्थे सी अमृतसर पर क्योंकि वो सन्मान दे हकदार असी उन्होंने रखते हैं मूहरे जिहड़े तुसी नुमाइंदे चुन ले तो मैं भी बाबा जी दे दर मत्था टेकें पर फिर मैं पिछे बह बुह के सारे नाल गल्लां बातां लंगर छक के फिर मैं थोड़ी देर रात वापस आ गया सी। सर कि नौजवानी मुड़े आई तू समझ नहीं छोटे भी नहीं दिमाग च पा लो कल्ला बंदा कदे भी समाज तो बिना नहीं चल सकता, थोड़ी या मेरी कोई मर्जी नहीं होंगी जे समाज चाहता है तुम खबर ऊट पटांग दे लो पर जिदन थानू वालन पै गए चार पिंड वाले फिर किमें दोगे नहीं दे सकते ना। हुण हुण बहुत अच्छा माहौल है, हुण किसानी दे गीत आ रहे हैं ना पिछले दो साल तो और मैं दुआ करदा मैं तो गाउणा ही है मैं चाहना बाकी भी अठ गाने करो सत्त करो पर एक गाना किसानां लई या समाज के बाकी वर्गों लई भी करो कोशिश कर सकते छोटे भी मान लो अज आप कोशिश करिए अज जे मान लो हुण तो तुसी मैनूं सवाल कर दो कि थोड़े ज़हन च नहीं आता कि चीज़ां बदलन फिर तुसी अपने समाजिक मीडिया पर बैठ के तुसी भी तो पोस्ट लिखोगे कि बोलोगे भी यार इदा होना चाहिए बस आही अवेयरनेस पहला एक जी खबर है उन्होंने साल लगता है जानने हूँ एक सैकंड लगता एक किसान मजदूर एकता का नारा दिता सी और अज दे समय दे विच करांगे हूँ पहले एक बार आह देख आ जिहड़ियां चीज़ां पहले इन्हों सैट कर लिए फिर आप भी मिलेंगे सारे ना बैठेंगे मैं कल ही मेरी बशर्ते उन्होंने मनजीत होना गल भी हुई सी कि भविख च जिहड़ियां हकों लड़न वाले जत्न उन्होंने गैप बहुत है।